ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਮਾਲੋਗਿੱਲ ਦੇ ਖੇਤਾਂ 'ਚ ਡਰੋਨ ਦਾ ਕੰਟਰੋਲ ਟੁੱਟਣ ਕਾਰਨ ਡਿੱਗੇ ਏਆਰਪੀ ਡਰੋਨ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਡਰੋਨ ਨੂੰ ਆਪਣੇ ਘਰ ਦੀ ਛੱਤ ਤੋਂ ਡਿੱਗਿਆ ਵੇਖਿਆ। ਹੋਰ ਕੀ ਕਿਹਾ ਸਥਾਨਕ ਲੋਕਾਂ ਨੇ ਸੁਣੋ। ਤਿੰਨ ਵਜੇ ਡਿੱਗਿਆ ਜੀ ਅਤੇ ਮੇਰੀ ਨੂੰਹ ਕੋਠੇ ਦੇ ਉੱਤੇ ਚੜ੍ਹੀ ਆ ਅਤੇ ਉਹ ਅਸੀਂ ਅੰਦਰ ਬੈਠੇ ਹਾਂ ਤਾਂ ਮੇਰੀ ਨੂੰਹ ਆਖਣ ਡੀ ਡੈਡੀ ਪਤਾ ਨਹੀਂ ਕੀ ਡਿੱਗ ਪਿਆ, ਪਤਾ ਨਹੀਂ ਕੀ ਡਿੱਗ ਪਿਆ ਤਾਂ ਅਸੀਂ ਕੋਠੇ ਜਾ ਕੇ ਚੜ੍ਹ ਕੇ ਵੇਖਿਆ ਅਤੇ ਉਹ ਉੱਥੇ ਡਿੱਗਿਆ। ਅਸੀਂ ਲਾਗ ਲਾਗੇ ਸਾਰਿਆਂ ਦੁਹਾਈ ਪਾਈ ਆ ਵੀ ਜਹਾਜ਼ ਡਿੱਗ ਪਿਆ, ਜਹਾਜ਼ ਡਿੱਗ ਪਿਆ ਅਤੇ ਉੱਥੇ ਸਾਰੀ ਦੁਨੀਆ ਇਕੱਠੀ ਹੋ ਗਈ ਆ ਅਤੇ ਢਾਈ ਤੋਂ ਤਿੰਨ ਅਤੇ ਤਿੰਨ ਦੇ ਕਰੀਬ ਡਿੱਗਿਆ। ਹਾਂਜੀ ਇੱਕ ਹੈਲੀਕਾਪਟਰ ਫਿਰ ਇਹਦੇ ਉੱਤੇ ਹੀ ਘੁੰਮਦਾ ਰਿਹਾ, ਇੱਕ ਜਦੋਂ ਡਿੱਗ ਪਿਆ ਨਾ ਇਹ ਡਿੱਗ ਪਿਆ ਤੇ ਇਹਦੇ ਉੱਤੇ ਫਿਰ ਇੱਕ ਹੈਲੀਕਾਪਟਰ ਇਹਦੇ ਉੱਤੇ ਹੀ ਘੁੰਮਦਾ ਰਿਹਾ। ਹਾਂਜੀ ਉਹ ਘੰਟਾ ਡੇਢ ਘੰਟਾ ਉੱਤੇ ਰਿਹਾ ਘੁੰਮਦਾ। ਇਹ ਫੋਰਸ ਜੀ ਅੱਧੇ ਇੱਕ ਘੰਟੇ ਤੱਕ ਆ ਗਈ ਜੀ। ਜਾਣਕਾਰੀ ਮੁਤਾਬਕ ਇਹ ਡਰੋਨ ਏਅਰਫੋਰਸ ਦਾ ਹੀ ਸੀ ਅਤੇ ਏਅਰਫੋਰਸ ਦੇ ਜਵਾਨਾਂ ਨੇ ਇਸ ਨੂੰ ਕਬਜ਼ੇ 'ਚ ਲੈ ਲਿਆ, ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਕੁੰਡਲ ਦੀ ਰਿਪੋਰਟ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।